ਆਪਣੇ ਕੋਲ ਨਾ ਇਸ ਟਾਈਮ 'ਤੇ ਮੈਂ ਸਮਸਤੇ 3 ਸ਼ੈੱਡ ਨੇ ਅਤੇ ਜਦ ਆਪਾਂ ਪਹਿਲਾ ਸ਼ੈੱਡ ਬਣਾਇਆ ਸੀਗਾ ਆਪਾਂ ਪਹਿਲਾ ਸ਼ੈੱਡ 50 ਫੁੱਟ ਦਾ ਬਣਾਇਆ ਸੀਗਾ ਫਿਰ ਉਹ ਤੋਂ ਬਾਅਦ ਉਹਨੂੰ ਅੱਗੇ ਜੁਆਇਨ ਕੀਤਾ ਸੀਗਾ 100 ਫੁੱਟ ਹੋਰ ਕਰਕੇ ਮਤਲਬ 150 ਫੁੱਟ ਦੀ ਇੱਕ ਲੈਂਥ ਹੋ ਗਈ ਸੀਗੀ ਫਿਰ ਆਪਾਂ 150 ਫੁੱਟ ਦਾ ਇੱਕ ਹੋਰ ਸ਼ੈੱਡ ਬਣਾਇਆ ਸੀਗਾ ਫਿਰ ਆਪਾਂ ਤੀਜਾ ਸ਼ੈੱਡ ਜਿਹੜਾ ਬਣਾਇਆ ਸੀਗਾ ਉਹ ਆਪਾਂ ਮਤਲਬ 50x70 ਦਾ ਬਣਾਇਆ ਅਤੇ ਜਿਹੜੀ ਪਹਿਲੇ ਸ਼ੈੱਡ 'ਚ ਆਪਾਂ ਗਲਤੀਆਂ ਕੀਤੀਆਂ ਸੀਗੀਆਂ ਨਾ ਉਹ ਆਪਾਂ ਦੂਜੇ ਸ਼ੈੱਡ 'ਚ ਕੱਢੀਆਂ ਜਿਹੜੀ ਦੂਜੇ ਸ਼ੈੱਡ 'ਚ ਗਲਤੀਆਂ ਹੋਈਆਂ ਸੀਗੀਆਂ ਉਹ ਤੀਜੇ 'ਚ ਕੱਢੀਆਂ ਅਤੇ ਐਟ ਅ ਟਾਈਮ ਮੇਰੇ ਹਿਸਾਬ ਨਾਲ ਜਿਹੜਾ ਆਪਣਾ ਤੀਜਾ ਸ਼ੈੱਡ ਬਣਿਆ ਹੋਇਆ ਇਹ ਬੈਸਟ ਆ ਠੀਕ ਆ ਹੁਣ ਜਦ ਇਹ ਚੱਲੂਗਾ ਇਹ 'ਚ ਜਿਹੜੀਆਂ ਗਲਤੀਆਂ ਹੋਣਗੀਆਂ ਪਤਾ ਲੱਗੂਗਾ ਉਹ ਜਦ ਆਪਾਂ ਅਗਲਾ ਸ਼ੈੱਡ ਬਣਾਵਾਂਗੇ ਉਹ 'ਚ ਕੱਢਾਂਗੇ ਤਾਂ ਹਰ ਮਤਲਬ ਵੀ ਗਲਤੀ ਨਾਲ ਆਪਾਂ ਸਿੱਖਦੇ ਰਹਿੰਦੇ ਹਾਂ ਅੱਗੇ ਕਰਦੇ ਰਹਿੰਦੇ ਹਾਂ ਤਾਂ ਮੇਰੇ ਹਿਸਾਬ ਨਾਲ ਜਿਹੜਾ ਇਹ ਤੀਜਾ ਸ਼ੈੱਡ ਆ ਜਿਹੜਾ ਆਪਾਂ ਬਣਾਇਆ ਇਹ ਬੈਸਟ ਆ ਹੁਣ ਤੱਕ ਦਾ ਜਿਹੜਾ ਆਪਾਂ ਬਣਾਇਆ ਅਤੇ ਇਸ ਵੀਡੀਓ 'ਚ ਮੈਂ ਤੁਹਾਨੂੰ ਇਹੀ ਦਿਖਾਊਂਗਾ ਵੀ ਜਿਹੜਾ ਆਪਾਂ ਤੀਜਾ ਸ਼ੈੱਡ ਬਣਾਇਆ ਕਿਵੇਂ ਬਣਾਇਆ ਕਿਵੇਂ ਮਤਲਬ ਕਿੰਨੀਆਂ ਡਾਇਮੈਂਸ਼ਨ ਆ ਕਿਵੇਂ ਬਣਾ ਸਕਦੇ ਹੋ ਤੁਸੀਂ ਜੇ ਬਣਾਉਣਾ ਤਾਂ ਅੱਜ ਇਹਦਾ ਹੀ ਆਪਾਂ ਟੂਰ ਕਰਾਂਗੇ ਤਾਂ ਚਲੋ ਇਹ ਵੀਡੀਓ ਸਟਾਰਟ ਕਰਦੇ ਹਾਂ ਤਾਂ ਇਹ ਅੱਜ ਜਿਹੜਾ ਆਪਣਾ ਤੀਜਾ ਸ਼ੈੱਡ ਆਪਾਂ ਬਣਾਇਆ ਹੋਇਆ ਇਹਦੀ ਚੌੜਾਈ ਹੈਗੀ ਆ ਇਸ ਲੋਟ ਹੈਗਾ ਇਹ 70 ਫੁੱਟ ਦਾ ਅਤੇ ਇਹਦੀ ਲੰਬਾਈ ਹੈਗੀ ਆ 50 ਫੁੱਟ ਦੀ ਤਾਂ ਇਹ 70x50 ਦੀ ਇਹਦੀ ਡਾਇਮੈਂਸ਼ਨ ਬਣਦੀ ਹੈ ਹੁਣ ਤੁਹਾਨੂੰ ਅੰਦਰੋਂ ਦਿਖਾਊਂਗਾ ਵੀ ਇਹ ਕਿਵੇਂ ਦਾ ਅਤੇ ਇਹ ਚੌਥਾ ਸ਼ੈੱਡ ਮਤਲਬ ਵੀ ਆਪਾਂ ਇੱਥੇ ਤਿਆਰ ਕਰਾਂਗੇ ਹਲੇ ਦੀ ਖੁਰਲੀ ਬਣਾਈ ਹੋਈ ਆ ਅਤੇ ਪਾਈਪਾਂ ਗੱਡੀਆਂ ਹੋਈਆਂ ਨੇ ਹੁਣ ਬਸ ਇਹਦੇ ਫਰਸ਼ ਵਗੈਰਾ ਪਵਾ ਕੇ ਅਤੇ ਉੱਤੇ ਸ਼ੀਟਾਂ ਪਵਾ ਦੇਣੀਆਂ ਨੇ ਇਹ ਆਪਾਂ ਤਿਆਰ ਕਰ ਰਹੇ ਹਾਂ ਕੱਟੀਆਂ ਵਾਸਤੇ ਮਤਲਬ ਵੀ ਜਿਹੜੀ ਕੱਟੀਆਂ ਬੜੀਆਂ ਹੋ ਜਾਂਦੀਆਂ ਨੇ ਅਤੇ ਉਹ ਮਤਲਬ ਵੀ ਪ੍ਰੈਗਨੈਂਟ ਕਰਵਾਉਣ ਵਾਲੀਆਂ ਹੋ ਜਾਂਦੀਆਂ ਨੇ ਅਤੇ ਉਨੀ ਕੁ ਏਜ ਹੋ ਜਾਂਦੀ ਉਨਾ ਕੁ ਵੇਟ ਹੋ ਜਾਂਦਾ ਤਾਂ ਉਹਨਾਂ ਨੂੰ ਇੱਥੇ ਕੱਢ ਦਾਂਗੇ ਇਹਦੇ ਵਿੱਚ ਮਤਲਬ ਵੀ ਛੋਟੇ ਕੱਟਰੂਆਂ ਦੀ ਜਗ੍ਹਾ ਨਹੀਂ ਕੱਢਾਂਗੇ ਕਿਉਂਕਿ ਮੈਸਾਂ ਵਾਲੇ ਸ਼ੈੱਡ 'ਚ ਨਾ ਆਪਾਂ ਨੂੰ ਛੋਟੇ ਕੱਟਰੂਆਂ ਵਾਸਤੇ ਵੀ ਜਗ੍ਹਾ ਬਣਾਉਣੀ ਪੈਂਦੀ ਆ ਤਾਂ ਇਹ ਵਾਲੀ ਖੁਰਲੀ 'ਚ ਮਤਲਬ ਵੀ ਸਿਰਫ ਉਹ ਬੜੀਆਂ ਕੱਟੀਆਂ ਆਉਣਗੀਆਂ ਜਿਹੜੀਆਂ ਅੱਗੇ ਆਪਾਂ ਤਿਆਰ ਕਰਨੀਆਂ ਨੇ ਤਾਂ ਹੁਣ ਆਪਾਂ ਇਹ ਸ਼ੈੱਡ ਦੇ ਅੰਦਰ ਜਾਵਾਂਗੇ ਅਤੇ ਇਹ ਹੈਗਾ ਚੌੜਾਈ 70 ਫੁੱਟ ਅਤੇ ਇਹਦੀ ਲੰਬਾਈ ਪਿੱਛੇ ਨੂੰ ਹੈਗੀ 50 ਫੁੱਟ ਹੁਣ ਅੰਦਰੋਂ ਦਿਖਾਉਂਦੇ ਤੁਹਾਨੂੰ ਇੱਕ ਇਹੋ ਜਿਹਾ ਲੱਗਦਾ ਅਤੇ ਕਿਵੇਂ ਬਣਾਇਆ ਹੋਇਆ ਆਪਾਂ ਤਾਂ ਇਹ ਆ ਗਏ ਜੀ ਆਪਾਂ ਅੰਦਰ ਸ਼ੈੱਡ ਦੇ ਵਿੱਚ ਅਤੇ ਇਹ ਵਾਲਾ ਸ਼ੈੱਡ ਇਕੱਲਾ ਸ਼ੈੱਡ ਆ ਜਿਹਦੇ ਵਿੱਚ ਆਪਾਂ ਕੈਂਚੀਆਂ ਪਾਈਆਂ ਹੋਈਆਂ ਨੇ ਮਤਲਬ ਵੀ ਜਿਹੜੇ ਇਹ ਆ ਇਹਨਾਂ ਨੂੰ ਕੈਂਚੀਆਂ ਕਹਿੰਦੇ ਆ ਅਤੇ ਇਹ ਤੋਂ ਪਹਿਲਾਂ ਕੋਈ ਸ਼ੈੱਡ 'ਚ ਕੈਂਚੀਆਂ ਨਹੀਂ ਸੀਗੀਆਂ ਸਿੰਪਲ ਜਿਹੇ ਸੀਗੇ ਇੰਨੇ ਚੌੜੇ ਨਹੀਂ ਸੀਗੇ ਇਹ 70 ਫੁੱਟ ਮਤਲਬ ਵੀ ਚੌੜਾ ਹੋਣ ਕਰਕੇ ਇਹਦੇ ਵਿੱਚ ਕੈਂਚੀਆਂ ਨੇ ਅਤੇ ਵਿੱਚ ਪਾਈਪਾਂ ਲੱਗੀਆਂ ਹੋਈਆਂ ਨੇ ਅਤੇ ਹੁਣ ਤੁਹਾਨੂੰ ਦਿਖਾਉਣਾ ਪੂਰੀ ਡਾਇਮੈਂਸ਼ਨ ਮਤਲਬ ਕਿਵੇਂ ਆ ਹਲੇ ਨਾ ਇਹ ਸਿਰਫ ਕੱਟੀਆਂ ਮਤਲਬ ਵੀ ਰੱਖਣ ਵਾਸਤੇ ਆਪਾਂ ਯੂਜ਼ ਕਰ ਰਹੇ ਹਾਂ ਅਤੇ ਹਲੇ ਮੈਂ ਐਸਾ ਨਹੀਂ ਲੈ ਕੇ ਆਏ ਤਾਂ ਹਲੇ ਇਹ ਵੀ 100% ਤਿਆਰ ਨਹੀਂ ਹੈਗਾ ਅਤੇ ਜਾਂ 100% ਤਿਆਰ ਹੋਊਗਾ ਹੋਰ ਸੋਹਣਾ ਲੱਗੂਗਾ ਇੱਧਰ ਸਮਾਨ ਵਗੈਰਾ ਆਈ ਪਿਆ ਤਾਂ ਤੁਹਾਨੂੰ ਦੱਸਦਾ ਵੀ ਮੈਂ 70 ਫੁੱਟ ਆਪਣਾ ਕਿਵੇਂ ਆਉਂਦਾ ਠੀਕ ਆ 2.5 ਫੁੱਟ ਦੀ ਇਹ ਖੁਰਲੀ ਹੋ ਗਈ ਅਤੇ ਖੁਰਲੀ ਬਹੁਤ ਚੌੜੀ ਆ ਅਤੇ ਇੰਨੀ ਕੁ 2.5 ਫੁੱਟ ਦੀ ਤਾਂ ਚਾਹੀਦੀ ਹੈ ਅੰਦਰੋਂ ਅੰਦਰੀ ਮਤਲਬ ਵੀ ਇੱਥੋਂ ਲੈ ਕੇ ਉਹ ਕੰਧ ਤੱਕ 2.5 ਫੁੱਟ ਹੋਊਗੀ ਜਿੰਨੀ ਮਤਲਬ ਵੀ ਚੌੜੀ ਖੁਰਲੀ ਹੋਊਗੀ ਉਨਾ ਮਤਲਬ ਵੀ ਕੱਖ ਜ਼ਿਆਦਾ ਪੈ ਜੂਗਾ ਅਤੇ ਵਾਰ ਵਾਰ ਪਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਠੀਕ ਆ ਹਰ 2 ਮੈਸਾਂ ਦੇ ਵਿੱਚ ਇੱਕ ਕੌਲਾ ਆਉਂਦਾ ਇਹ ਪਾਣੀ ਵਾਸਤੇ ਇਹਦੇ 'ਚ 24 ਘੰਟੇ ਪਾਣੀ ਆਊਗਾ ਠੀਕ ਆ ਵਿੱਚ ਇੱਕ ਜਿਸ ਦੀ ਪਾਈਪ ਲੱਗੇ ਹੋਏ ਨੇ ਆਪਣੇ ਸਾਰੇ ਸ਼ੈੱਡਾਂ 'ਚ ਆਪਾਂ ਇਹ ਪਾਈਪ ਲਵਾਏ ਹੋਏ ਨੇ ਤਾਂ ਤੁਹਾਨੂੰ ਦੱਸਦਾ ਵੀ ਡਾਇਮੈਂਸ਼ਨ ਕਿਵੇਂ ਆ 2.5 ਫੁੱਟ ਦੀ ਖੁਰਲੀ ਹੋ ਗਈ 10 ਫੁੱਟ ਇਹ ਮੈਸ ਦੇ ਬੈਠਣ ਵਾਸਤੇ ਉਹ ਖੁਰਲੀ ਤੋਂ ਲੈ ਕੇ ਇਹ ਨਾਲੀ ਤੱਕ ਠੀਕ ਆ ਫਿਰ 5 ਫੁੱਟ ਦਾ ਇਹ ਰਾਸਤਾ ਫਿਰ 10 ਫੁੱਟ ਦਾ ਇਹ ਫਿਰ 5 ਫੁੱਟ ਦੀ ਖੁਰਲੀ ਤਾਂ ਇਹ ਹੋ ਗਿਆ ਖੁਰਲੀ 2.5 ਫੁੱਟ ਦੀ ਸੋਰੀ ਤਾਂ ਹੋ ਗਿਆ ਇਹ 2.5 ਅਤੇ 2.5 ਦੀ ਉਹ ਖੁਰਲੀ 5 ਫੁੱਟ ਹੋ ਗਿਆ 10 ਫੁੱਟ ਇਹ ਅਤੇ 10 ਫੁੱਟ ਇਹ 20 ਅਤੇ 5 ਹੋ ਗਿਆ 25 ਅਤੇ 5 ਫੁੱਟ ਦਾ ਰਾਸਤਾ ਇਹ ਹੋ ਗਿਆ 30 ਤਾਂ 30 ਫੁੱਟ ਹੈਗਾ ਇਹ ਆਹ ਕੰਧ ਤੋਂ ਲੈ ਕੇ ਆਪਣਾ ਇਹਨਾਂ ਦੀ ਖੁਰਲੀ ਐਂਡ ਹੋਣ ਤੱਕ ਇੱਕ ਪੋਰਸ਼ਨ ਇਹਦਾ ਹੈਗਾ 30 ਫੁੱਟ ਦਾ ਠੀਕ ਹੈ ਪਹਿਲਾਂ ਨਾ ਆਪਣੀ ਸੋਚ ਸੀਗੀ ਮਤਲਬ ਵੀ ਸਿਰਫ ਇੱਕ ਸਾਈਡ ਬਣਾਵਾਂਗੇ ਇੱਥੇ ਮੈਸਾਂ ਖੁੱਲੀਆਂ ਛੱਡਾਂਗੇ ਹੋਰ ਕਰਾਂਗੇ ਬਟ ਉਹ ਕਾਫੀ ਜਗ੍ਹਾ ਵੇਸਟ ਹੁੰਦੀ ਆ ਹੋਰ ਹੁੰਦੀ ਆ ਖੁੱਲ੍ਹਾ ਇਹਨਾਂ ਵਾਸਤੇ ਬਾਹਰ ਇੱਕ ਬਾੜਾ ਬਣਾਵਾਂਗੇ ਅਤੇ ਇੱਥੇ ਨਹੀਂ ਖੁੱਲ੍ਹੀਆਂ ਛੱਡਦੇ ਹੈਗੇ ਤਾਂ ਇਹ ਹੋ ਗਿਆ ਆਪਣਾ 30 ਫੁੱਟ ਦਾ 30 ਫੁੱਟ ਤੋਂ ਬਾਅਦ ਇੱਥੇ ਆਪਾਂ ਨੇ 10 ਫੁੱਟ ਦਾ ਰਾਸਤਾ ਛੱਡਿਆ ਹੋਇਆ 10 ਫੁੱਟ ਦਾ ਰਾਸਤੇ ਦਾ ਪਰਪਸ ਹੈਗਾ ਵੀ ਫਿਊਚਰ 'ਚ ਜਦ ਆਪਣਾ ਮਤਲਬ ਵੀ ਕੰਮ ਬੜਾ ਹੋ ਜੂਗਾ ਤਾਂ ਫੰਡਾਂ ਨਾਲ ਤਾਂ ਕੱਖ ਵਗੈਰਾ ਪੈਣੇ ਨਹੀਂ ਹੈਗੇ ਤਾਂ ਆਪਾਂ ਨੂੰ ਮਤਲਬ ਵੀ TMR ਲੈ ਕੇ ਆਉਣੀ ਪੈਣੀ ਆ ਅਤੇ TMR ਚਲਾਉਣ ਵਾਸਤੇ ਰਾਸਤਾ ਚਾਹੀਦਾ ਕਾਫੀ ਫਾਰਮਸ 'ਚ ਨਾ ਇਹ ਗਲਤੀਆਂ ਕਰਦੇ ਨੇ ਲੋਕ ਵੀ ਜਗ੍ਹਾ ਬਚਾਉਣ ਦੇ ਲਈ ਨਾ ਸਟਾਰਟਿੰਗ 'ਚ ਕੰਜੂਸੀ ਕਰ ਜਾਂਦੇ ਨੇ ਅਤੇ ਸਟਾਰਟਿੰਗ 'ਚ ਕੀਤੀ ਹੋਈ ਕੰਜੂਸੀ ਮਤਲਬ ਵੀ ਬਾਅਦ 'ਚ ਤੁਹਾਨੂੰ ਖਰਾਬ ਕਰਦੀ ਆ ਬਾਅਦ 'ਚ ਤੁਹਾਨੂੰ ਲੇਬਰ ਦਾ ਖਰਚਾ ਜ਼ਿਆਦਾ ਦੇਣਾ ਪੈਂਦਾ ਤਾਂ ਸਟਾਰਟਿੰਗ ਤੋਂ ਹੀ ਨਾ ਸਾਰੀ ਮਸ਼ੀਨਰੀ ਦਾ ਧਿਆਨ ਰੱਖ ਕੇ ਫਿਰ ਸ਼ੈੱਡ ਬਣਾਉਣੇ ਚਾਹੀਦੇ ਨੇ ਅਤੇ ਜਿਹੜੀਆਂ ਇਹ ਪਾਈਪਾਂ ਨੇ ਇਹ ਪਾਈਪਾਂ ਖੁਰਲੀ ਦੇ ਦੂਜੇ ਪਾਸੇ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਜੇ ਇੱਥੋਂ TMR ਲੰਘੇ ਵਿੱਚ ਪਾਈਪਾਂ ਨਾ ਆਉਣ ਤਾਂ ਇਹ ਆਪਾਂ ਪਹਿਲੇ ਵਾਲੇ ਸ਼ੈੱਡ 'ਚ ਹੀ ਗਲਤੀਆਂ ਕੀਤੀਆਂ ਸੀਗੀਆਂ ਇਹ 'ਚ ਨਹੀਂ ਗਲਤੀਆਂ ਕੀਤੀਆਂ ਹੈਗੀਆਂ ਤਾਂ 30 ਫੁੱਟ ਦਾ ਇਹ ਪੋਰਸ਼ਨ ਹੋ ਗਿਆ 10 ਫੁੱਟ ਦੀ ਇਹ ਗਲੀ ਹੋ ਗਈ 30 ਫੁੱਟ ਦਾ ਇਹ ਪੋਰਸ਼ਨ ਹੋ ਗਿਆ ਤਾਂ ਇਹ ਟੋਟਲ ਹੋ ਗਿਆ 70 ਫੁੱਟ ਦਾ ਠੀਕ ਹੈ 2.5 ਫੁੱਟ ਦੀ ਖੁਰਲੀ 10 ਫੁੱਟ ਮੈਸਾਂ ਵਾਸਤੇ 5 ਫੁੱਟ ਲੰਘਣ ਵਾਸਤੇ ਰਾਸਤਾ ਅੱਗੇ 10 ਫੁੱਟ ਫੇਰ ਮੈਸਾਂ ਵਾਸਤੇ ਅੱਗੇ 2.5 ਫੁੱਟ ਦੀ ਫੇਰ ਖੁਰਲੀ ਤਾਂ ਇੱਧਰ 2 ਪੋਰਸ਼ਨ ਹੋ ਗਏ ਉਹ ਤੋਂ ਬਾਅਦ ਇਹ ਹੋ ਗਿਆ ਹੁਣ ਮੈਂ ਤੁਹਾਨੂੰ ਦਿਖਾਉਂਦਾ ਵੀ ਕੋਲੇ ਵਗੈਰਾ ਆਪਾਂ ਨੇ ਕਿਵੇਂ ਲਵਾਏ ਨੇ ਅਤੇ ਪਾਈਪਾਂ ਵਾਲਾ ਕਿਵੇਂ ਸਿਸਟਮ ਬਣਾਇਆ ਹੋਇਆ ਜਿਸ ਦੀ ਜਿਹੜੀ ਪਾਈਪਾਂ ਆਪਾਂ ਨੇ ਲਵਾਈਆਂ ਹੋਈਆਂ ਨੇ ਤਾਂ ਇੱਧਰ ਮੈਸਾਂ ਵਾਸਤੇ ਪੋਰਸ਼ਨ ਹੋ ਗਿਆ ਇੱਧਰ ਇਹਨਾਂ ਦੇ ਕਟਰੂ ਵਾਸਤੇ ਹੋ ਗਿਆ ਠੀਕ ਆ
ਅਤੇ ਇਹਨਾਂ ਦਾ ਆਟੋਮੈਟਿਕ ਵਾਲੇ ਕੋਲਦੇ ਕੱਟਰੂਆਂ ਦੇ ਵੀ ਆਟੋਮੈਟਿਕ ਵਾਲੇ ਕੋਲਦੇ ਨੇ ਇਹ ਗੇਟ ਜਿਹੜੇ ਆਪਾਂ ਲਵਾਏ ਨੇ ਕੱਲ੍ਹ ਹੀ ਲੱਗੇ ਨੇ ਉਹ ਤੋਂ ਪਹਿਲਾਂ ਨਾ ਇਹ ਸਕੰਜੇ 'ਚ ਰੱਖ ਕੇ ਆਪਾਂ ਰੋਕਦੇ ਹੁੰਦੇ ਸੀ ਨਾ ਜੀ ਜੇ ਕੱਟੀ ਕੋਈ ਖੁੱਲ ਜਾਵੇ ਨਾ ਬਾਹਰ ਜਾਲੀ ਪਾੜ ਦਿੰਦੀ ਆ ਅਤੇ ਮੱਛਰਦਾਨੀ ਮਤਲਬ ਵੀ ਬਹੁਤ ਔਖੀ ਲੱਗੀ ਆ ਅਤੇ ਜੇ ਫਟ ਜਾਵੇ ਬਹੁਤ ਦੁੱਖ ਆਉਂਦਾ ਠੀਕ ਹੈ ਮੱਛਰ ਅੰਦਰ ਬਹੁਤ ਆਉਂਦਾ ਤਾਂ ਇਹ ਆਟੋਮੈਟਿਕ ਕੋਲੇ ਜਦ ਇਹ ਚੱਲਣਗੇ ਕੱਟਰੂਆਂ ਵਾਸਤੇ ਵੀ ਆਟੋਮੈਟਿਕ ਪਾਣੀ ਆਊਗਾ ਅਤੇ ਮੈਸਾਂ ਵਾਸਤੇ ਵੀ ਆਟੋਮੈਟਿਕ ਪਾਣੀ ਆਊਗਾ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੈਸਾਂ ਵਾਸਤੇ ਜਗ੍ਹਾ ਕਿੰਨੀ ਛੱਡੀ ਹੋਈ ਆ ਤਾਂ ਇੱਕ ਮੈਸ ਵਾਸਤੇ 4 ਫੁੱਟ ਦੀ ਜਗ੍ਹਾ ਛੱਡੀ ਹੋਈ ਹੈ ਜਿਹੜੇ ਆਪਣੇ ਪੁਰਾਣੇ ਸ਼ੈੱਡ ਨੇ ਨਾ ਉੱਥੇ ਆਪਾਂ ਨੇ 5 ਫੁੱਟ ਦੀ ਜਗ੍ਹਾ ਛੱਡੀ ਹੋਈ ਆ ਅਤੇ ਉਹ ਗਲਤ ਆ ਮੈਸ ਪੂਰੀ ਘੁੰਮ ਕੇ ਕਦੇ ਇੱਧਰ ਗੇੜਾ ਦੇ ਦਿੰਦੀ ਕਦੇ ਇੱਧਰ ਰੱਸੇ ਨੂੰ ਵੱਢ ਚਾੜ ਲੈਂਦੀ ਆ ਹੋਰ ਕਰ ਲੈਂਦੀ ਆ ਤਾਂ 4 ਫੁੱਟ ਦੀ ਬਹੁਤ ਆ ਪਹਿਲਾਂ ਅਸੀਂ 3.5 ਦੀ ਸੋਚ ਰਹੇ ਸੀਗੇ ਪਰ ਉਹ ਜ਼ਿਆਦਾ ਛੋਟਾ ਹੋ ਜਾਣਾ ਸੀਗਾ ਅਤੇ ਜਿਹੜੀਆਂ ਮੈਸਾਂ ਮਤਲਬ ਵੀ ਦੁੱਧ ਨਹੀਂ ਦਿੰਦੀਆਂ ਜਾਂ ਖੱਟੀਆਂ ਨੇ ਜਾਂ ਪ੍ਰੈਗਨੈਂਟ ਮੈਸਾਂ ਉਹਨਾਂ ਵਾਸਤੇ 3.5 ਫੁੱਟ ਵੀ ਬਹੁਤ ਆ ਬਟ ਜੇ ਤੁਸੀਂ ਧਾਰ ਕੱਢਣੀ ਆ ਤਾਂ ਇੱਕ ਬੰਦੇ ਦੇ ਸਾਈਡ 'ਤੇ ਬੈਠਣ ਵਾਸਤੇ ਜਗ੍ਹਾ ਚਾਹੀਦੀ ਆ ਤਾਂ ਇਹ 4 ਫੁੱਟ ਦੀ ਚਾਹੀਦੀ ਆ ਠੀਕ ਹੈ ਤਾਂ ਇੱਕ ਇੱਕ ਪੋਰਸ਼ਨ 4 ਫੁੱਟ ਦਾ ਹੋ ਗਿਆ 4 ਫੁੱਟ ਇਹ 2, 3, 4, 5, 6, 7, 8 8 ਮੈਸਾਂ ਦੀ ਜਗ੍ਹਾ ਹੋ ਗਈ ਇੱਥੇ 8 ਇੱਥੇ 8 ਇੱਥੇ 16 ਅਤੇ 32 ਮਤਲਬ 32 ਮੈਸਾਂ ਦੀ ਜਗ੍ਹਾ ਹੋ ਗਈ ਇਹ ਇੰਨੇ ਸ਼ੈੱਡ 'ਚ ਠੀਕ ਹੈ ਅੱਗੇ ਕੱਟਰੂਆਂ ਦੀ ਹੋ ਗਈ 32 ਕੱਟਰੂਆਂ ਦੀ ਹੋ ਗਈ ਅਤੇ ਜਿਹੜੀ ਇਹ ਜਿਸਤੀ ਪਾਈਪਾਂ ਲਵਾਈਆਂ ਨੇ ਇਹ ਕਿਵੇਂ ਲੱਗੀਆਂ ਨੇ ਇਹਨਾਂ 20 ਫੁੱਟ ਦੀ ਲੈਂਥ ਆਉਂਦੀ ਹੈ ਮੇਰੇ ਹਿਸਾਬ ਨਾਲ ਸ਼ਾਇਦ ਉਹਦੇ 'ਚ ਆਪਾਂ ਨੇ ਕੀ ਕੀਤਾ 4 ਫੁੱਟ ਦੇ ਪੀਸ ਕੱਟੇ ਨੇ ਇਹ 4 ਫੁੱਟ ਦਾ ਇਹ ਆ 4 ਫੁੱਟ ਦਾ ਇਹ ਆ 4 ਫੁੱਟ ਦਾ ਇਹ ਆ ਥੋੜ੍ਹਾ ਥੋੜ੍ਹਾ ਫੁੱਟ ਫੁੱਟੇ ਜ਼ਮੀਨ ਦੇ ਅੰਦਰ ਪਾਇਆ ਹੋਇਆ ਅਤੇ ਇਹ ਫਰਸ਼ ਫੁਰਸ਼ ਪੂਰਾ ਪਾ ਕੇ ਫਿਰ ਆਪਾਂ ਨੇ ਥੱਲੇ ਟੋਆ ਪੱਟ ਕੇ ਫਿਰ ਪਾ ਕੇ ਫਿਰ ਉੱਤੇ ਬਜਰੀ ਭਰੀ ਹੋਈ ਆ ਤਾਂ ਇਹ ਫਰਸ਼ ਪੈਣ ਤੋਂ ਬਾਅਦ ਇਹ ਪਾਈਪ ਲਗਵਾਏ ਨੇ ਤਾਂ ਹੁਣ ਇਹ ਇੱਕ ਜਗ੍ਹਾ 'ਤੇ ਤਾਂ ਕੋਲਾ ਆ ਗਿਆ 2 ਮੈਸਾਂ ਦੇ ਵਿੱਚ ਜਿੱਥੇ ਕੋਲਾ ਨਹੀਂ ਹੈਗਾ ਉੱਥੇ ਆਪਾਂ ਨੇ ਇਹ ਲੈਂਥ ਲੰਬੀ ਆ ਇਹ ਮੇਰੇ ਹਿਸਾਬ ਨਾਲ 5 ਫੁੱਟ ਦਾ ਹੋਊਗਾ ਠੀਕ ਆ ਪਤਾ ਨਹੀਂ ਉਹ 3 ਫੁੱਟ ਦੀ ਆ ਜੋ ਵੀ ਆ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਤਾਂ ਇੱਕ ਲੈਂਥ ਲੰਬੀ ਆ ਇੱਕ ਛੋਟੀ ਆ ਕਿਉਂਕਿ ਕੋਲੇ ਕਰਕੇ ਅਤੇ ਇਹ ਨਾ ਬੰਦ ਕਰਾਉਣਾ ਬਹੁਤ ਜ਼ਰੂਰੀ ਆ ਇਹ ਜੇ ਜਗ੍ਹਾ ਰਹਿ ਜਾਵੇ ਨਾ ਪਾਈਪ 'ਤੇ ਖੁਰਲੀ ਦੇ ਵਿੱਚ ਫਿਰ ਕੀ ਹੋਊਗਾ ਮੈਸ ਨਾ ਕਈ ਵਾਰ ਇੱਥੇ ਗਰਦਨ ਫਸਾ ਲੈਂਦੀ ਆ ਆਪਣੇ ਪਿਛਲੇ ਸ਼ੈੱਡ 'ਚ ਇੱਕ ਮੈਸ ਨਹੀਂ ਫਸਾਇਆ ਉੱਥੇ ਜਗ੍ਹਾ ਰਹਿ ਗਈ ਸੀਗੀ ਅਤੇ ਤਾਂ ਕਰਕੇ ਆਪਾਂ ਇਹ ਬੰਦ ਕਰਾਉਂਦੇ ਹਾਂ ਇਹਨੂੰ ਪੂਰਾ ਖੁਰਲੀ ਦੇ ਨਾਲ ਆਪਾਂ ਕਿਉਂ ਨਹੀਂ ਲਗਵਾਇਆ ਹੈਗਾ ਕਿਉਂਕਿ ਥੱਲੋਂ ਨਾ ਪਾਈਪ ਲੰਘਦੀ ਆ ਜਿਹੜੀ ਆਟੋਮੈਟਿਕ ਕੋਲਿਆਂ 'ਚ ਚੜ੍ਹਦਾ ਪਾਣੀ ਉਹ ਪਾਈਪ ਲੰਘਦੀ ਆ ਤਾਂ ਕਰਕੇ ਇਹਨੂੰ ਆਪਾਂ ਨੇ ਨਹੀਂ ਕਰਵਾਇਆ ਹੈਗਾ ਮਤਲਬ ਵੀ ਖੁਰਲੀ ਦੇ ਨਾਲ ਨਹੀਂ ਲਗਾਇਆ ਹੈਗਾ ਤਾਂ ਇਹ ਆਈ ਆ ਦੇਖੋ ਚੂੜੀਆਂ ਚੜ੍ਹਾ ਕੇ ਇੱਥੇ ਮਤਲਬ ਵੀ ਇਹ ਚੜ੍ਹਾਇਆ ਹੋਇਆ ਇਹਨੂੰ ਕੀ ਕਹਿੰਦੇ ਆ ਭੁੱਲ ਗਿਆ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਹੈਗਾ ਠੀਕ ਹੈ ਇਹਨੂੰ ਕੀ ਕਹਿ ਰਹੇ ਹਾਂ ਬੈਂਡ ਕੀਤਾ ਹੋਇਆ ਤਾਂ ਇਹ ਆਹੀ ਪਾਈਪ ਦੀ ਕਟਿੰਗ ਕਰਕੇ ਉਹਨਾਂ 'ਚ ਚੂੜੀਆਂ ਚੜ੍ਹਾ ਕੇ ਇਹਨੂੰ ਐਲਬੋ ਦੇ ਨਾਲ ਮਤਲਬ ਵੀ ਜੁਆਇੰਟ ਕੀਤਾ ਹੋਇਆ ਤਾਂ ਆਏ ਬਣਿਆ ਅਤੇ ਫਰਸ਼ 'ਤੇ ਟੋਏ ਮਾਰ ਕੇ ਆਪਾਂ ਨੇ ਇਹ ਬਣਾਇਆ ਤਾਂ ਇਹ ਆਪਣਾ ਸ਼ੈੱਡ ਜਿਹੜਾ ਮਤਲਬ ਵੀ ਹੋਣਾ ਇੱਥੇ ਹੁਣ ਕੱਟੀਆਂ ਰੱਖ ਰਹੇ ਹਾਂ ਹੁਣ ਹੌਲੀ ਹੌਲੀ ਕੀ ਕਰਾਂਗੇ ਕੱਟੀਆਂ ਸਾਰੀਆਂ ਜਦ ਬੜੀਆਂ ਹੋਣ ਲੱਗ ਜਾਣਗੀਆਂ ਬਾਹਰ ਜਿਹੜਾ ਨਵਾਂ ਸ਼ੈੱਡ ਬਣ ਰਿਹਾ ਉੱਥੇ ਕੱਢ ਦਾਂਗੇ ਅਤੇ ਅੱਗੇ ਜਦ ਆਪਾਂ ਮੈਸਾਂ ਲੈ ਕੇ ਆਵਾਂਗੇ ਉਹ ਇੱਥੇ ਲੈ ਕੇ ਆਵਾਂਗੇ ਅਤੇ ਆਹ ਤੁਸੀਂ ਦੇਖ ਸਕਦੇ ਹੋ ਉੱਤੇ ਮਤਲਬ ਵੀ ਕੈਂਚੀਆਂ ਕੁੰਚੀਆਂ ਪਈਆਂ ਹੋਈਆਂ ਨੇ ਹੁਣ ਐਡਾ ਬੜਾ ਸ਼ੈੱਡ ਦਿਖ ਰਿਹਾ ਠੀਕ ਆ ਹੁਣ ਦੇਖਣ ਨੂੰ ਐਂ ਲੱਗੂਗਾ ਵੀ ਕਿੱਡਾ ਬੜਾ ਸ਼ੈੱਡ ਬਣਾਇਆ ਕਿੰਨਾ ਖਰਚਾ ਹੋ ਗਿਆ ਹੋਣਾ ਹੋਰ ਹੋ ਗਿਆ ਹੋਣਾ 2 ਸਾਲ ਹੋ ਗਏ ਇਹਨੂੰ ਚੱਲਦੇ ਨੂੰ ਠੀਕ ਆ ਕੰਮ ਚੱਲਦੇ ਨੂੰ ਇਹ ਸ਼ੈੱਡ 'ਤੇ ਅਤੇ ਹਾਲੇ ਤੱਕ ਇਹ ਕੰਪਲੀਟ ਨਹੀਂ ਹੋਇਆ ਹੈਗਾ ਗਰੋਥ ਨਾ ਸਟਾਰਟਿੰਗ 'ਚ ਹਮੇਸ਼ਾ ਹੌਲੀ ਹੌਲੀ ਹੀ ਹੁੰਦੀ ਆ ਇੱਕਦਮ ਗਰੋਥ ਨਹੀਂ ਹੁੰਦੀ ਹੈਗੀ ਇੰਨਾ ਪੈਸਾ ਕਿਸੇ ਕੋਲ ਨਹੀਂ ਹੁੰਦਾ ਹੈਗਾ ਵੀ ਇੱਕਦਮ ਲਗਾ ਦਈਏ ਅਤੇ ਲੋਨ ਚੱਕ ਕੇ ਕਰਨ ਦਾ ਕੰਮ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਹੁਣ ਇੱਥੇ ਜਿਹੜਾ ਇਹ ਆ ਇੱਥੇ ਵੀ ਆਪਾਂ ਮਤਲਬ ਵੀ ਗੇਟ ਲਗਵਾ ਦਾਂਗੇ ਇਹ ਤੋਂ ਬਾਅਦ ਆਪਣਾ ਕੀ ਮਤਲਬ ਵੀ ਸੋਚ ਆ ਇਹ ਤੋਂ ਨਾ ਅੱਗੇ ਆਪਣੇ ਕੋਲ ਹੋਰ ਜਗ੍ਹਾ ਪਈ ਆ ਇੱਥੇ ਅੱਗੇ ਨਹਿਰ ਤੱਕ ਆਪਣੇ ਕੋਲ ਜਗ੍ਹਾ ਪਈ ਆ ਤਾਂ ਇਹ ਸ਼ੈੱਡ ਨੂੰ ਅੱਗੇ ਐਕਸਟੈਂਡ ਕਰ ਦਾਂਗੇ ਇਹ ਜਿਹੜਾ ਵਿੱਚੋਂ ਰਾਸਤਾ ਲੰਘ ਰਿਹਾ ਇਹ ਐਂਡ ਤੱਕ ਲੰਘੀ ਜਾਊਗਾ ਅਤੇ ਪੂਰਾ ਜੁਆਇਨ ਹੋ ਜੂਗਾ ਮਤਲਬ ਵੀ ਜੇ ਆਪਣੇ ਕੋਲ ਇਹ 50 ਫੁੱਟ ਦੀ ਲੈਂਥ ਪਈ ਆ ਤਾਂ ਆਪਣੇ ਕੋਲ ਅੱਗੇ 100 ਫੁੱਟ ਹੋਰ ਪਿਆ ਤਾਂ ਇਹ 150 ਫੁੱਟ ਦੀ ਲੈਂਥ ਹੋ ਜੂਗੀ ਇਹ ਪੂਰੀ ਨਾ ਅਤੇ 150x70 ਹੋ ਜੂਗਾ ਇਹ ਤਾਂ ਇਹ ਅੱਗੇ ਇਹ ਸੋਚ ਆ ਹੌਲੀ ਹੌਲੀ ਮੈਸਾਂ ਵਧਣਗੀਆਂ ਲੈ ਕੇ ਆਵਾਂਗੇ ਕਰਾਂਗੇ ਕੰਮ ਵਧਾਵਾਂਗੇ ਤਾਂ ਇਹਦੇ 'ਤੇ ਕਿੰਨਾ ਖਰਚਾ ਆਇਆ ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿਉਂਕਿ 2 ਸਾਲ ਪਹਿਲਾਂ ਕੰਮ ਸਟਾਰਟ ਹੋਇਆ ਸੀਗਾ ਉਦੋਂ ਪਾਈਪਾਂ ਆਈਆਂ ਸੀਗੀਆਂ ਉਦੋਂ ਸ਼ੀਟਾਂ ਆਈਆਂ ਸੀਗੀਆਂ ਫਿਰ ਮਤਲਬ ਵੀ ਥੱਲੇ ਇਹਦਾ ਕੰਮ ਚੱਲਿਆ ਠੀਕ ਹੈ ਲੋਹੇ ਦਾ ਰੇਟ ਵੀ ਵਧਿਆ ਹੋਣਾ ਹੋਰ ਹੋਇਆ ਹੋਣਾ ਤਾਂ ਨੋ ਆਈਡੀਆ ਤੁਸੀਂ ਆਪਣੇ ਮਤਲਬ ਵੀ ਜਿਹੜੇ ਦੁਕਾਨ 'ਤੇ ਤੁਸੀਂ ਜਾਂਦੇ ਹੋ ਜਿੱਥੇ ਲੋਹੇ ਦਾ ਸਮਾਨ ਲੈਂਦੇ ਹੋ ਤੋਂ ਅੰਦਾਜ਼ਾ ਮਰਵਾ ਸਕਦੇ ਹੋ ਵੀ ਇਹੋ ਜਿਹਾ ਸ਼ੈੱਡ ਆ ਇਹਨੂੰ ਬਣਾਉਣ 'ਚ ਕਿੰਨਾ ਕੁ ਖਰਚਾ ਆਊਗਾ ਉਹ ਤੁਹਾਨੂੰ ਪ੍ਰੋਪਰ ਐਸਟੀਮੇਟ ਬਣਾ ਕੇ ਦੇ ਸਕਦਾ ਮੈਂ ਤੁਹਾਨੂੰ ਐਟ ਅ ਟਾਈਮ ਹੁਣ ਕੁਛ ਨਹੀਂ ਦੱਸ ਸਕਦਾ ਹੈਗਾ ਵੀ ਇਹਦੇ 'ਤੇ 2 ਸਾਲਾਂ 'ਚ ਕਿੰਨਾ ਕੁ ਖਰਚਾ ਹੋ ਗਿਆ ਠੀਕ ਹੈ ਅਤੇ ਉਹ ਤੋਂ ਬਾਅਦ ਪਾਈਪਾਂ ਠੀਕ ਹੈ ਤਾਂ ਇਹ ਹੈਗਾ ਆਪਣਾ ਅੱਜ ਤੱਕ ਦਾ ਜਿਹੜਾ ਬੈਸਟ ਸ਼ੈੱਡ ਬਣਾਇਆ ਹੁਣ ਪਿਛਲੇ ਸ਼ੈੱਡ ਨਾ ਆਪਣੇ 16 ਫੁੱਟ ਦੀ ਮਤਲਬ ਵੀ ਉਹਨਾਂ ਦੀ ਚੌੜਾਈ ਆ ਤਾਂ ਜਦ ਮੈਸ ਪਿੱਛੇ ਬੈਠ ਜਾਂਦੀ ਆ ਗੋਹਾ ਕਰ ਦਿੰਦੀ ਆ ਫਿਰ ਪਿੱਛੋਂ ਨਾ ਲੰਘਣ ਵਾਸਤੇ ਰਾਸਤਾ ਨਹੀਂ ਬਚਦਾ ਸੀਗਾ ਤਾਂ ਕਰਕੇ ਇਸ ਵਾਰ ਆਪਾਂ ਨੇ ਸਪੈਸ਼ਲੀ ਇੱਥੇ ਰਾਸਤਾ ਰੱਖਿਆ ਵੀ ਨਾਲੀ ਤੋਂ ਬਾਅਦ ਆਪਣੇ ਲੰਘਣ ਵਾਸਤੇ ਆਪਣੇ ਗੇੜਾ ਮਾਰਨ ਵਾਸਤੇ ਰਾਸਤਾ ਰਹੇ ਅਤੇ
ਇਹ ਮਤਲਬ ਵੀ ਬੈਸਟ ਲੱਗਿਆ, ਮਤਲਬ ਵੀ ਜੇ ਤੁਸੀਂ ਮਤਲਬ 70 ਫੁੱਟ ਦੀ ਚੜ੍ਹਾਈ ਨਹੀਂ ਰੱਖਣੀ ਨਾ, ਤੁਸੀਂ ਇਹ ਵੀ ਕਰ ਸਕਦੇ ਹੋ ਵੀ 30 ਫੁੱਟ 'ਚ ਵੀ 2 ਖੁਰਲੀਆਂ ਆ ਸਕਦੀਆਂ ਨੇ ਅਤੇ ਬੜਾ ਸੋਹਣਾ ਮਤਲਬ ਇਹ ਬਣ ਸਕਦਾ। ਜੇ ਤੁਸੀਂ 30 ਫੁੱਟ ਦਾ ਸ਼ੈੱਡ ਸਟਾਰਟ ਕਰਨਾ ਤਾਂ 2 ਖੁਰਲੀਆਂ ਦੋਨੋਂ ਸਾਈਡ ਆ ਜਾਂਦੀਆਂ ਨੇ, ਅਤੇ ਇੱਧਰਲੀ ਸਾਈਡ ਵੀ ਨਾ ਬਾਹਰਲੇ ਪਾਸੇ ਰਾਸਤਾ ਖਲਦੀ ਹੈ, ਜਗ੍ਹਾ ਖਲਦੀ ਆ। ਹੁਣ ਇਹ ਕੀ ਕਰਾਂਗੇ ਆਪਾਂ ਇਨ ਫਿਊਚਰ, ਜਦ ਇਹ TMR ਲੈ ਕੇ ਆਵਾਂਗੇ ਨਾ, ਇਹ ਕੰਧ ਚੱਕ ਦਾਂਗੇ ਆਪਾਂ, ਤਾਂ ਇੱਥੋਂ ਵੀ ਕੱਖ ਬਾਹਰੋਂ TMR ਤੋਂ ਪੈਂਦੇ ਚਲੇ ਜਾਣਗੇ। ਤਾਂ ਹਮੇਸ਼ਾ ਨਾ ਇਹ ਸੋਚ ਰੱਖਿਓ ਵੀ ਜਦ ਤੁਸੀਂ ਕੰਮ ਬੜਾ ਕਰਨਾ ਨਾ, ਹਮੇਸ਼ਾ ਮਸ਼ੀਨਰੀ ਲੈ ਕੇ ਆਉਣੀ ਪਊਗੀ ਫਿਊਚਰ 'ਚ, ਤਾਂ ਮਸ਼ੀਨਰੀ ਵਾਸਤੇ ਰਾਸਤਾ ਛੱਡਿਓ। ਕਈ ਵਾਰ ਕੀ ਹੁੰਦਾ, ਮਸ਼ੀਨਰੀ ਵਾਸਤੇ ਆਪਾਂ ਰਾਸਤਾ ਛੱਡਦੇ ਨਹੀਂ ਹੈਗੇ, ਫਿਰ ਮਸ਼ੀਨਰੀ ਤਾਂ ਆਪਾਂ ਲੈ ਜਾਂਦੇ ਹਾਂ ਪਰ ਉਹ ਵੀ ਮਤਲਬ ਵੀ ਵਰਕਰ ਹੀ ਕਰਦੇ ਨੇ ਸਾਰਾ ਕੰਮ, ਮਸ਼ੀਨਰੀ 'ਚੋਂ ਕੱਖ ਕੱਢ ਕੇ ਖੁਰਲੀਆਂ 'ਚ ਪਾਉਣੇ, ਉਹ ਤਾਂ ਫਿਰ ਐਕਸਟਰਾ ਐਫਰਟ ਲੱਗਦੀ ਹੈ ਨਾ। ਤਾਂ ਹਰ ਖੁਰਲੀ ਹਮੇਸ਼ਾ ਐਂ ਬਣਾਇਓ ਵੀ ਬਾਹਰਲੇ ਪਾਸੇ ਮਸ਼ੀਨ ਚੱਲਣ ਵਾਸਤੇ ਜਗ੍ਹਾ ਹੋਵੇ, ਤਾਂ ਇਹ ਖੁਰਲੀ ਦੀ ਜਗ੍ਹਾ ਉੱਥੇ ਹੈ ਮਸ਼ੀਨ ਦੀ, ਉਹਦੇ ਵਾਸਤੇ ਉੱਥੇ ਆ, ਉਹ ਜਿਹੜੀ ਪਿੱਛੇ ਆਪਣੀ ਖੁਰਲੀ ਬਣੀ ਆ ਉਹਦੇ ਪਿੱਛੇ ਵੀ ਰਸਤਾ ਖਲਦੀ ਆ, ਉੱਥੋਂ ਵੀ ਮਸ਼ੀਨ ਲੰਘ ਜੂਗੀ ਆਪਣੀ TMR, ਠੀਕ ਹੈ। ਤਾਂ ਇਹ ਐਂਡ ਤੱਕ ਜਾਊਗਾ ਅਤੇ ਹੌਲੀ ਹੌਲੀ ਦੇਖਦੇ ਹਾਂ 2-4 ਸਾਲਾਂ ਬਾਅਦ ਕੀ ਬਣੂਗਾ ਕੀ ਨਹੀਂ ਬਣੂਗਾ, ਸਾਰੀ ਗਰੋਥ ਤੁਹਾਨੂੰ ਇੱਥੇ ਦਿਖਦੀ ਰਹੂਗੀ ਆਪਣੇ ਚੈਨਲ 'ਤੇ। ਅਤੇ ਇਹ ਗੇਟ ਆਪਣਾ ਕੱਲ੍ਹ ਲੱਗਿਆ, ਗੇਟ ਇੱਥੇ ਹੈ ਨਹੀਂ ਸੀਗੇ ਤਾਂ ਕਰਕੇ ਇਹ ਸਕੰਜੇ ਜਿਹੇ ਲਗਾਏ ਹੋਏ ਸੀਗੇ, ਤਾਂ ਕਿ ਕੋਈ ਕੱਟੀ ਰਾਤ ਨੂੰ ਖੁੱਲ੍ਹ ਜਾਵੇ ਤਾਂ ਜਾਲੀ ਨਾ ਪਾੜ ਦਿਓ, ਪਿਛਲੇ ਸਾਲ ਆਪਣੀ ਬਹੁਤ ਜਾਲੀਆਂ ਪਾੜੀਆਂ ਨੇ, ਬਹੁਤ ਮੱਛਰਾਂ 'ਚ ਮਤਲਬ ਵੀ ਨੁਕਸਾਨ ਹੁੰਦਾ। ਅਤੇ ਰਾਤ ਨੂੰ ਆਪਾਂ ਕੀ ਕਰਦੇ, ਇੱਥੇ ਧੂਣੇ ਲਾਉਂਦੇ ਹਾਂ, ਠੀਕ ਹੈ, ਜਾਲੀ ਜੂਲੀ ਸਭ ਹੈਗੀ ਹੈ, ਪ੍ਰੋਪਰ ਹੈਗਾ, ਬਟ ਥੋੜ੍ਹੇ ਨਾਲ ਲੰਬੇ ਧੂਣੇ ਲਾ ਦਿੰਦੇ ਹਾਂ ਵੀ ਸਾਰੀ ਰਾਤ ਥੋੜ੍ਹਾ ਥੋੜ੍ਹਾ ਸੁਲਗਦਾ ਰਹੇ, ਤਾਂ ਉਹਦੇ ਨਾਲ ਮੱਛਰਾਂ ਦਾ ਵੀ ਆਰਾਮ ਰਹਿੰਦਾ। ਤਾਂ ਇਹ ਆਪਣਾ ਸ਼ੈੱਡ ਆ, ਇੱਥੇ ਕਟਰੂਆਂ ਵਾਸਤੇ ਹੋ ਗਿਆ, ਦੋਨੋਂ ਸਾਈਡ ਬਣਾਈ ਹੋਈ ਹੈ ਖੁਰਲੀ, ਠੀਕ ਹੈ। ਇਹ ਗੇਟ ਆ, ਕਿਉਂਕਿ ਹੁਣ ਜਦ ਮੈਂ ਇਸ ਆਪਾਂ ਨੇ ਜੇ ਆਪਾਂ ਹੁਣ ਇਹ ਸ਼ੈੱਡ ਪੂਰਾ ਲੰਬਾ ਕਰ ਦਾਂਗੇ, ਠੀਕ ਹੈ, ਤਾਂ ਜੇ ਮਿਡਲ ਵਾਲੀਆਂ ਮੈਸਾਂ ਕੱਢਣੀਆਂ ਹੋਣਗੀਆਂ ਨਾ, ਤਾਂ ਜਾਂ ਤਾਂ ਉਹ ਐਂਡ ਵਾਲੇ ਗੇਟ ਤੋਂ ਨਿਕਲਣਗੀਆਂ ਜਾਂ ਇਹ ਐਂਡ ਵਾਲੇ ਗੇਟ ਤੋਂ ਨਿਕਲਣਗੀਆਂ, ਤਾਂ ਕਰਕੇ ਇੰਨਾ ਲੰਬਾ ਰਾਸਤਾ ਨਾ ਪਵੇ, ਵਿੱਚ ਥੋੜ੍ਹੇ ਥੋੜ੍ਹੇ ਗੇਟ ਛੱਡੇ ਹੋਏ ਨੇ ਆਪਾਂ ਨੇ। ਤਾਂ ਇਹ ਸਾਰਾ ਡਿਜ਼ਾਈਨ ਮੈਂ ਅਤੇ ਫਾਦਰ ਸਾਹਿਬ ਨੇ ਬੈਠ ਕੇ ਕੀਤਾ, ਥੋੜ੍ਹਾ ਜਿਹਾ ਮੈਂ ਕ੍ਰੈਡਿਟ ਜ਼ਿਆਦਾ ਲੈ ਲੂੰਗਾ, ਮੈਂ ਥੋੜ੍ਹਾ ਜਿਹਾ ਜ਼ਿਆਦਾ ਡਿਜ਼ਾਈਨ ਕੀਤਾ, ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਦੱਸਿਆ ਵਿੱਚ ਨੂੰ, ਠੀਕ ਹੈ। ਅਤੇ ਇਹ ਸੋਚ ਰੱਖ ਕੇ ਬਣਾਇਆ ਵੀ ਐਂਡ 'ਚ ਆਪਾਂ ਇਹਨੂੰ ਕਨੈਕਟ ਕਰਨਾ, ਪੂਰਾ ਲੰਬਾ ਬਣਾਉਣਾ, ਤਾਂ ਵਿੱਚ ਗੇਟ ਵੀ ਚਾਹੀਦੇ ਨੇ ਮੈਂ ਸਮੂਹ ਸੰਭਾਰ ਕੱਢਣ ਨੂੰ, ਬੰਦਿਆਂ ਨੇ ਵੜਨ ਨੂੰ, ਹੋਰ ਕਰਨ ਨੂੰ। ਤਾਂ ਇਹ ਆ ਜੀ, ਇਹ 'ਚ ਹੁਣ ਜਿਹੜੀਆਂ ਕਮੀਆਂ ਹੋਣਗੀਆਂ, ਇੱਕ ਕਮੀ ਤਾਂ ਮੇਰੇ ਹਿਸਾਬ ਨਾਲ ਲੱਗ ਰਹੀ ਆਪਣੇ ਤੋਂ ਕੋਲੇ ਛੋਟੇ ਲੱਗ ਗਏ, ਬੜੇ ਕੋਲਿਆਂ 'ਚ 24 ਘੰਟੇ ਪਾਣੀ ਆਉਣਾ ਤਾਂ ਇੰਨੇ ਮਤਲਬ ਵੀ ਕੋਈ ਦਿੱਕਤ ਆਉਣੀ ਨਹੀਂ ਹੈਗੀ। 24 ਘੰਟੇ ਪਾਣੀ ਦੀ ਸਪਲਾਈ ਵਾਲੀ ਵੀਡੀਓ ਵੀ ਪਈ ਆ, ਅਤੇ ਮੈਂ ਉੱਤੇ ਜੇ ਮੇਰੇ ਤੋਂ ਹੋਇਆ ਮੈਂ ਲਿੰਕ ਦੇ ਦੂੰਗਾ ਵੀਡੀਓ ਦਾ, ਤੁਸੀਂ ਉੱਥੇ ਕਲਿੱਕ ਕਰਕੇ ਦੇਖ ਸਕਦੇ ਹੋ ਵੀ ਪਾਣੀ ਦੀ ਸਪਲਾਈ ਕਿਵੇਂ ਦੇਣੀ ਹੈ, ਪਾਣੀ ਵਾਲੇ ਆਟੋਮੈਟਿਕ ਕੋਲੇ ਕਿਵੇਂ ਬਣਾਉਣੇ ਨੇ। ਅਤੇ ਬਾਕੀ ਇਹ ਆਪਣਾ ਸ਼ੈੱਡ ਆ ਜਿਹੜਾ ਹੁਣ ਤੱਕ ਦਾ ਵਧੀਆ, ਅਤੇ ਹੌਲੀ ਹੌਲੀ ਕੱਟੀਆਂ ਪਾਲਣ 'ਤੇ ਵੀ ਧਿਆਨ ਦੇਵਾਂਗੇ, ਹਾਲੇ ਇੰਨਾ ਧਿਆਨ ਨਹੀਂ ਹੈਗਾ ਕਟਰੂਮ ਵੱਲ, ਕਿਉਂਕਿ ਨਾ ਸਟਾਰਟਿੰਗ 'ਚ ਖਰਚਾ ਬਹੁਤ ਹੁੰਦਾ, ਠੀਕ ਹੈ। ਜਦ ਤੁਹਾਡੇ ਕੋਲ ਮਤਲਬ ਦੁੱਧ ਵਾਲੇ ਪਸ਼ੂ ਘੱਟ ਨੇ, ਹੁਣ ਤੁਸੀਂ ਦੇਖ ਲਓ ਕਿੰਨੀਆਂ ਕੱਟੀਆਂ ਪਲ ਰਹੀਆਂ ਨੇ, ਉਹ ਲਾਈਨ ਕੱਟੀਆਂ ਦੀ ਆ, ਉਹ ਲਾਈਨ ਕੱਟੀਆਂ ਦੀ ਆ, ਇੱਕ ਆਹ ਲਾਈਨ ਕੱਟੀਆਂ ਦੀ ਆ, ਅੱਧੇ ਕਟਰੂ ਅੰਦਰ ਸ਼ੈੱਡਾਂ 'ਚ ਨੇ ਜਿਹੜੇ ਦੁੱਧ ਚੁੰਘਦੇ ਨੇ, ਥੋੜ੍ਹੇ ਹਟੇ ਹੋਏ ਨੇ, ਉਹ ਕਟਰੂ ਬੈਠੇ ਨੇ, ਤਾਂ ਜਾਂ ਖਾਣ ਵਾਲੇ ਜੀ ਜ਼ਿਆਦਾ ਹੋ ਜਾਂਦੇ ਨੇ ਨਾ, ਕਮਾਉਣ ਵਾਲੇ ਘੱਟ ਹੋ ਜਾਂਦੇ ਨੇ, ਫਿਰ ਥੋੜ੍ਹੀ ਕਮਾਈ ਨਾ ਘੱਟ ਜਾਂਦੀ ਹੈ, ਫਿਰ ਥੋੜ੍ਹਾ ਖਰਚਾ ਸੋਚ ਕੇ ਕਰਨਾ ਪੈਂਦਾ। ਤਾਂ ਕਰਕੇ ਹੌਲੀ ਹੌਲੀ ਜਿਵੇਂ ਜਦ ਇਹ ਪਲ ਜਾਣਗੇ, ਪ੍ਰੈਗਨੈਂਟ ਹੋ ਜਾਣਗੀਆਂ, ਦੁੱਧ ਦੇਣ ਲੱਗ ਜਾਣਗੀਆਂ ਮੈਸਾਂ, ਹੋਰ ਹੋ ਜੂਗਾ, ਫਿਰ ਬੜਾ ਸੋਹਣਾ ਹੋ ਜੂਗਾ, ਫਿਰ ਕੰਮ ਕਰਨ 'ਚ ਹੋਰ ਸਵਾਦ ਆਊਗਾ। ਤਾਂ ਇਹ ਆਪਣਾ ਸ਼ੈੱਡ ਸੀਗਾ ਨਵਾਂ, ਅਤੇ ਇਹ ਡਾਇਮੈਂਸ਼ਨ ਨੇ, 2.5 ਫੁੱਟ ਦੇ ਖੁਰਲੀ, 10 ਫੁੱਟ ਦਾ ਇਹ ਜਗ੍ਹਾ ਮੈਸਾਂ ਵਾਸਤੇ, 5 ਫੁੱਟ ਦੀ ਆਪਣੇ ਵਾਸਤੇ ਲੰਘਣ ਵਾਸਤੇ, ਫਿਰ 10 ਫੁੱਟ, ਫਿਰ 2.5 ਫੁੱਟ, ਫਿਰ 10 ਫੁੱਟ TMR ਵਾਸਤੇ, ਫਿਰ ਸੇਮ। ਤਾਂ ਜੇ ਤੁਸੀਂ ਬਣਾਉਣਾ ਇਹੋ ਜਿਹਾ ਬਣਾ ਸਕਦੇ ਹੋ, ਪਹਿਲਾਂ ਨਾ ਸਟਾਰਟਿੰਗ 'ਚ ਐਡਾ ਬੜਾ ਸ਼ੈੱਡ ਨਾ ਬਣਾਇਓ, ਬਸ 10 ਪਸ਼ੂਆਂ ਦੀ ਜਗ੍ਹਾ ਬਣਾਇਓ, ਉਹ ਤੋਂ ਬਾਅਦ ਹੌਲੀ 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 ਕਰੀ ਜਾਇਓ, ਇੱਕਦਮ ਖਰਚਾ ਕਰਕੇ ਕੋਈ ਫਾਇਦਾ ਨਹੀਂ ਹੈਗਾ। ਤਾਂ ਇਹ ਆਪਣਾ ਸੀਗਾ, ਇਹ ਆਪਣੀ ਅੱਜ ਦੀ ਵੀਡੀਓ, ਵਧੀਆ ਲੱਗੀ ਲਾਈਕ ਕਰ ਦਿਓ, ਅਤੇ ਹੋਰ ਕੋਈ ਡਾਊਟ ਹੋਵੇ ਤੁਹਾਨੂੰ ਕਮੈਂਟਸ 'ਚ ਪੁੱਛ ਲਿਓ, ਹੋਰ ਕੋਈ ਵੀਡੀਓ ਤੁਹਾਨੂੰ ਚਾਹੀਦੀ ਹੋਵੇ ਇਹ ਸ਼ੈੱਡ ਦੇ ਉੱਤੇ, ਹੋਰ ਚੀਜ਼ਾਂ ਦੇ ਉੱਤੇ, ਉਹ ਕਮੈਂਟਸ 'ਚ ਪੁੱਛ ਲਿਓ। ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ 'ਤੇ ਤਾਂ ਸਬਸਕ੍ਰਾਈਬ ਕਰ ਦਿਓ, ਅਤੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।